ਸਦਨੂੰ ਵਾਹ ਭਾਈ ਵਾਹ ਚਾਂਦਨੀ ਵਾਹ ਵਾਹ ਫਿਰ ਬੋਲੋ ਜਿਵੇਂ ਮੈਂ ਪਹੁੰਚਿਆ ਮਿਲਾ ਵਾਹ ਮਕਸਦ ਫਿਰ ਬੋਲੋ ਨਹੀਂ ਪਹੁੰਚਿਆ ਜ਼ੁਲਕਰ ਜਿਵੇਂ ਮੈਂ ਪਹੁੰਚਿਆ ਮਕਸਦ ਨੂੰ ਹਬਸ ਕੀ ਮਲਕਾ ਕਨੀਜ ਜ਼ਹਰਾ ਦਹਰ ਮੇ ਇੱਜ਼ਤ ਮਾ ਆਬ ਫਿਜ਼ਾ ਵਫਾ ਕੀ ਖੂਗਰ ਹਯਾ ਕੀ ਪੈਕਰ ਜਨਾਬ ਫਿਜ਼ਾ ਜਨਾਬ ਫਿਜ਼ਾ ਵਫਾ ਕੀ ਖੂਗਰ ਜਨਾਬ ਫਿਜ਼ਾ ਜਨਾਬ ਫਿਜ਼ਾ ਇਹ ਰਵੇ ਪਾਕ ਫਿਜ਼ਾ ਸਲਤਨਤ ਛੋੜ ਕੇ ਪਾਕ ਜ਼ਹਰਾ ਦੇ ਕਦਮਾਂ ਚ ਆਏ ਤੇ ਲੋਕਾਂ ਕਿਹਾ ਫਿਜ਼ਾ ਤੈਨੂੰ ਇੱਥੋਂ ਮਿਲਿਆ ਕਿ ਇਹਨਾਂ ਸ਼ਹੀਦਾਂ ਦੇ ਵੇੜੇ ਛੱਡ ਇੰਨੀ ਬੜੀ ਬਾਦਸ਼ਾਹੀ ਸਲਤਨਤ ਛੋੜ ਇੱਥੋਂ ਮਿਲਿਆ ਕਿ ਜਨਾਬ ਪਾਕ ਫਿਜ਼ਾ ਨੂੰ ਜਵਾਬ ਦਿੰਦੇ ਨੇ ਜਿਵੇਂ ਮੈਂ ਪਹੁੰਚਿਆ ਮਕਸਦ ਨੂੰ ਪਹੁੰਚਿਆ ਮੈਂ ਬਾਨੀ ਪਾਕ ਬਤੂਨ ਦੀ ਹਾਂ ਜਿਹੜੀ ਮਰੀਮ ਦੀ ਵੀ ਸੈਣੇ ਜਿਹੜੇ ਮਰੀਮ ਦੀ ਵੀ ਸੈਣੇ ਮੈਨੂੰ ਚਮਾ ਮਾਸੂਮਾ ਮਾ ਸਜਿਆ ਅਤੇ ਪੰਜਵੇਂ ਸਜਿਆ ਭੈਣੇ ਉੱਥੇ ਸਿਰਫ ਮੈਂ ਮਲਕਾ ਹਬਸ ਦੀ ਸਾਂ ਇੱਥੇ ਕਬਜ਼ੇ ਵਿੱਚ ਤਾਰ ਬਿਨਾ ਇਜ਼ਨ ਦੇ ਲਾਹਦ ਚ ਕਿਉਂ ਆਏ ਹੋ ਮੈਂ ਅਜ਼ਮਤ ਤੋਂ ਆਗਾਹ ਨਹੀਂ ਮੈਂ ਬਾਨੀ ਪਾਕ ਬਤੂਲ ਦੀ ਹਾਂ ਤੁਹਾਡੇ ਨਾਲ ਕਲਾਮ ਰਵਾ ਨਹੀਂ ਮੈਨੂੰ ਚਮਾ ਮਾਸੂਮਾ ਕਿਸੇ ਗੈਰ ਦੀ ਕੋਈ ਪਰਵਾਹ ਨਹੀਂ ਜੇ ਸੱਜ ਮਾਰਾ ਮੈਂ ਅੱਜ ਗਾਜ਼ੀ ਕੋ ਤੁਹਾਨੂੰ ਭਜਦਿਆਂ ਲੱਭਣਾ ਲਾ ਸੱਜ ਮਾਰਾ ਰਾਜ਼ੀ ਨੂੰ ਇੱਕ ਬਚਦਿਆਂ ਲੱਭਣਾ ਰਾ ਅੱਲਾ ਫਰਮਾਉਂਦੇ ਜਬਰੀ ਜੀ ਰੱਬੇ ਜਲੀ ਜਲਦੀ ਜਾ ਹਸਨੈਨ ਸ਼ਰੀਫੈਨ ਵਾਸਤੇ ਅੱਛੇ ਲਿਬਾਸ ਜੰਨਤ ਚੋਂ ਲੈ ਕੇ ਨਿਕਲਣ ਲੱਗੇ ਤੇ ਹਜ਼ਰਤ ਆਦਮ ਦੀ ਰੂਹ ਆਖਣ ਲੱਗੀ ਮੌਲਾ ਜਦੋਂ ਮੈਨੂੰ ਜੰਨਤ ਤੋਂ ਕੱਢਿਆ ਸੀ ਉਦੋਂ ਆਖਿਆ ਸੀ ਜੰਨਤ ਦਾ ਲਿਬਾਸ ਜੰਨਤ ਵਿੱਚ ਰਵੇ।
ਇਹ ਜੰਨਤ ਦਾ ਲਿਬਾਸ ਆ, ਜੰਨਤ ਚ ਰਵੇਗਾ। ਅੱਜ ਹਸਨੈਨ ਸ਼ਰੀਫ ਰਹਿਣ ਵਾਸਤੇ ਥੱਲੇ ਜਾ ਰਿਹਾ, ਅੱਲਾ ਫਰਮਾਉਂਦੇ ਨੇ ਜਦੋਂ ਮੈਂ ਤੈਨੂੰ ਆਖਿਆ ਸੀ ਉਦੋਂ ਜੰਨਤ ਮੇਰੀ ਸੀ। ਜਦੋਂ ਮੈਂ ਤੈਨੂੰ ਮਨਾ ਟੱਕਿਆ ਸੀ ਉਦੋਂ ਜੰਨਤ ਮੇਰੀ ਸੀ। ਹੁਣ ਮਾਲਕ ਨੇ ਭਾਵੇਂ ਉੱਥੇ ਆ ਕੇ ਪਾਣ ਥੱਲੇ ਮੰਗਾ ਲਿਆ। ਅੱਲਾ ਫਰਮਾਉਂਦੇ ਨੇ ਜਬਰੀਲ, ਅੱਜ ਜਬਰੀਲ ਬਣ ਕੇ ਜਾਣਾ, ਅੱਜ ਦਰਜ਼ੀ ਬਣ ਕੇ ਜਾਣਾ, ਕਿਉਂਕਿ ਮੇਰੀ ਪਾਕ ਮਤੂਲ ਦੇ ਪਾਕ ਜ਼ੁਬਾਨ ਚੋਂ ਨਿਕਲਿਆ ਕਿ ਕੱਪੜੇ ਦਰਜ਼ੀ ਕੋਲ ਨੇ। ਅਸੀਂ ਲਿਬਾਸ ਪਹਿਨ ਕੇ, ਲਿਬਾਸ ਕੱਪੜੇ ਲੈ ਕੇ ਦਰਵਾਜ਼ਾ ਹੈ ਜ਼ਹਰਾ ਤੇ ਆ ਕੇ ਦਸਤਕ ਦਿੱਤੀ। ਜਨਾਬੇ ਪਾਕ ਫਿਜ਼ਾ ਪੁੱਛਦੇ ਨੇ ਕੌਣ ਹੈ ਜੀ? ਮੈਂ ਹਸਨੈਨ ਸ਼ਰੀਫ ਹੈ ਦਾ ਦਰਜ਼ੀ ਹੈ। ਜਨਾਬੇ ਪਾਕ ਫਿਜ਼ਾ ਫਰਮਾਉਂਦੇ ਨੇ ਜੇ ਠਹਿਰ ਜਾ ਮੈਂ ਮਸਰੂਫ ਹਾਂ। ਫਿਰ ਦੂਸਰੀ ਥਾਂ ਦਸਤਕ ਦਿੱਤੀ, ਜਨਾਬੇ ਪਾਕ ਫਿਜ਼ਾ ਪੁੱਛਦੇ ਨੇ ਕੌਣ ਹੈ ਜੀ? ਮੈਂ ਹਸਨੈਨ ਸ਼ਰੀਫ ਹੈ ਦਾ ਦਰਜ਼ੀ ਹਾਂ। ਕੱਪੜੇ ਲੈ ਕੇ ਆਏ ਜਨਾਬੇ ਪਾਕ ਫਿਜ਼ਾ ਫਰਮਾਉਂਦੇ ਨੇ ਪਿੰਜੂ ਕਹਿ ਰਹੀ ਹੈ ਜੇ ਠਹਿਰ ਜਾ ਮੈਂ ਮਸਰੂਫ ਹਾਂ। ਜਦੋਂ ਤੀਸਰੀ ਦਫ਼ਾ ਦਸਤਕ ਦਿੱਤੀ ਨਾ ਜਬਰੀਲ ਨੇ, ਜਨਾਬੇ ਪਾਕ ਫਿਜ਼ਾ ਫਰਮਾਉਂਦੇ ਨੇ ਇੱਕ ਲਾਜ਼ਾ ਰੁਖ ਮਸਰੂਫ ਹਾਂ ਮੈਂ, ਹਸਨੈਨ ਕੋ ਗੁਸਲ ਦਿਵਾ ਕਿਨਸਾਂ ਦੇ ਕੰਘੀ ਇਹਦਿਆਂ ਵਾਲਾਂ ਵਿੱਚ ਇਹਦੀ ਸੋਹਣੀ ਮਾਗ ਬਣਾ ਕਿਨਸਾਂ ਸ਼ਹਿਜ਼ਾਦਿਆਂ ਦੇ ਆਰਾਮ ਕੀਤੇ ਇੱਕ ਪੀਂਘੇ ਵਿੱਚ ਮੈਂ ਸਮਾ ਕਿਨਸਾਂ ਨਹੀਂ ਰੁਕ ਸਕਦਾ ਤੂੰ ਵਾਪਸ ਜਾ ਮੈਂ ਦਰਜ਼ੀ ਜਬਰੀਲ ਆਖਣ ਲੱਗਾ ਤੁਸੀਂ ਦੋਨੋਂ ਨੌਕਰ ਹੋ। ਮੈਂ ਜਬਰੀਲ ਆ। ਜਨਾਬੇ ਸਲਮਾਨ ਕਹਿੰਦੇ ਨੇ ਮੈਂ ਤੇਰੇ ਤੇ ਇੱਕ ਸਵਾਲ ਕਰਨਾ, ਮੈਨੂੰ ਉਹਦਾ ਜਵਾਬ ਦੇ। ਜਨਾਬੇ ਸਲਮਾਨ ਕਹਿੰਦੇ ਨੇ ਮੈਂ ਇੱਕ ਸਵਾਲ ਕਰਨਾ, ਜਬਰੀਲ ਪੁੱਛਦਾ ਸਲਮਾਨ ਪੁੱਛੋ ਕਿਹੜਾ ਸਵਾਲ ਹੈ? ਜਨਾਬੇ ਸਲਮਾਨ ਕਹਿੰਦੇ ਨੇ ਤੂੰ ਫਰਿਸ਼ਤਾ ਸਹੀ, ਤੇਰਾ ਰਿਸ਼ਤਾ ਸਹੀ, ਬਤਾ ਤੂਨੇ ਮੌਲਾ ਕੋ ਖਾਣਾ ਖਿਲਾਇਆ ਕਬ? ਤੂੰ ਫਰਿਸ਼ਤਾ ਸਹੀ, ਤੇਰਾ ਰਿਸ਼ਤਾ ਸਹੀ, ਬਤਾ ਤੂਨੇ ਮੌਲਾ ਕੋ ਖਾਣਾ ਖਿਲਾਇਆ ਕਭੀ? ਤੇਰੇ ਸ਼ਾਨੋ ਪੇ ਹਸਨੈਨ ਬੈਠੇ ਕਭੀ? ਤੂਨੇ ਗਲੀਓ ਮੇ ਉਨਕੋ ਫਿਰਾਇਆ ਕਭੀ? ਤੇਰੇ ਸ਼ਾਨੋ ਪੇ ਹਸਨੈਨ ਬੈਠੇ ਕਭੀ? ਤੂਨੇ ਗਲੀਓ ਮੇ ਉਨਕੋ ਫਿਰਾਇਆ ਕਭੀ? ਤੂਨੇ ਮਲਕਾਏ ਇਸਮਤ ਕੀ ਦਹਲੀਜ਼ ਪਰ ਆਪਣੀ ਦਾੜੀ ਸੇ ਝਾੜੂ ਲਗਾਇਆ ਕਭੀ? ਤੁਝਕੋ ਬੇ ਐਬ ਨਬੀਓ ਕੇ ਸੁਲਤਾਨ ਨੇ ਭਾਈ ਸਲਮਾਨ ਕਹਿ ਕੇ ਬੁਲਾਇਆ ਕਭੀ? ਉਹਨੇ ਆਖਿਆ ਫਿਰ ਸਾਰਾ ਕੁਛ ਮੇਰੇ ਨਾਲ ਜ਼ਰੂਰ ਹੋਇਆ। ਜਨਾਬੇ ਪਾਕ ਫਿਜ਼ਾ ਫਰਮਾਉਂਦੇ ਨੇ ਜਬਰੀਲ ਆਖਣ ਲੱਗਾ ਮੇਰੀ ਬੜੀ ਵੱਡੀ ਮੰਜ਼ਿਲ ਹੈ, ਬੜੀ ਬੜਾ ਮਕਾਮ ਮੈਨੂੰ ਖਾਲਿਕ ਨੇ ਪਤਾ ਕੀਤਾ। ਅਤੇ ਜਨਾਬੇ ਪਾਕ ਫਿਜ਼ਾ ਫਰਮਾਉਂਦੇ ਨੇ ਦਰਬਾਨ ਨੇ ਉਹ ਦਰ ਪਾਕਾਂ ਦੇ ਤੇਰੇ ਕਾਨ ਮੁਕਰਰ ਹੱਦ, ਮੈਂ ਹੱਦ ਦੇ ਵਿੱਚੋਂ ਬੇਹੱਦ ਹਾਂ, ਵੇ ਕਰੀ ਹਿੱਸਾ ਅਤੋ ਅਤੇ ਮੇਰੀ ਇੱਕ ਜ਼ਿਆਰਤ ਸਹਾਰਾ ਦੀ ਤੇ ਤੇਰੀ ਹਰ ਮੰਜ਼ਲ ਤੋਂ ਵੱਧ ਇਹ ਹਸਨੈਨ ਜੇ ਮਾਸੂਮ ਤੂੰ।